ਲੌਂਗੋਵਾਲੀਆ ਪੇਜ ਦੇਖ ਰਹੇ ਸਾਰੇ ਹੀ ਸੱਜਣ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਅਸੀਂ ਆਏ ਹਾਂ ਮੁੱਲਾਪੁਰ ਬੱਕਰਾ ਮੰਡੀ 'ਤੇ। ਇੱਥੇ ਬਾਬਾ ਸੁਰਿੰਦਰਪਾਲ ਜੀ ਜਿਹੜੇ ਇੱਥੇ ਦੇ ਪ੍ਰਬੰਧਕ ਨੇ ਬੱਕਰਾ ਮੰਡੀ ਦੇ, ਉਹ ਮੰਡੀ ਦੇ ਜਿਹੜੇ ਪਾਲੀ ਦੇ ਵਪਾਰੀਆਂ ਲਈ ਕੁਝ ਕੁ ਔਫਰ ਜਾਂ ਕੁਝ ਕੁ ਵਿਸ਼ੇਸ਼ ਆਫਰ ਲੈ ਕੇ ਆਏ ਨੇ, ਉਹਨਾਂ ਬਾਰੇ ਬਾਬਾ ਜੀ ਜਾਣਕਾਰੀ ਦੇਣਗੇ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ, ਜਿਹੜਾ ਤੁਸੀਂ ਵਪਾਰੀ ਜਾਂ ਪਾਲੀਆਂ ਜਾਂ ਮਤਲਬ ਕਿ ਖਰੀਦਦਾਰਾਂ ਨੂੰ ਕੋਈ ਔਫਰ ਦੇ ਰਹੇ ਹੋ, ਉਹਦੇ ਬਾਰੇ ਪੂਰੀ ਜਾਣਕਾਰੀ ਦਿਓ। ਹਾਂਜੀ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਲੌਂਗੋਵਾਲ ਤੋਂ ਵੀਰ ਆਏ ਹੋ ਤੁਸੀਂ ਚੈਨਲ ਵਾਲੇ, ਅਤੇ ਤੁਹਾਡਾ ਪੇਜ ਬਣਿਆ ਹੈ, ਚੈਨਲ ਬਣਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਡੀ ਮੰਡੀ 'ਤੇ ਆਏ ਹੋ, ਅਸੀਂ ਸਾਰੇ ਵਪਾਰੀ ਵੀਰਾਂ ਬਣੀਓ, ਮੰਡੀ ਦੇ ਓਨਰਾਂ ਬਣੀਓ, ਸਾਰੇ ਪ੍ਰਬੰਧਕਾਂ ਬਣੀਓ, ਤੁਹਾਡਾ ਧੰਨਵਾਦ ਕਰਦੇ ਹਾਂ। ਦੂਜਾ ਜਿਹੜਾ ਤੁਸੀਂ ਸਵਾਲ ਕੀਤਾ ਵੀ ਜਿਹੜੀ ਵਪਾਰੀ ਵੀਰਾਂ ਦੀ ਅਤੇ ਜਾਂ ਪਾਲੀ ਵੀਰਾਂ ਲਈ ਔਫਰ, ਅਤੇ ਇੱਕ ਲੱਕੀ ਡਰਾ ਕਹਿ ਸਕਦੇ ਹਾਂ ਅਸੀਂ ਇਹਨੂੰ, ਜਾਂ ਇਹਨਾਂ ਦੀ ਸਹਾਇਤਾ ਲਈ ਕਹਿ ਸਕਦੇ ਹਾਂ ਕਿ ਇਹਨਾਂ ਦੇ ਚਾਓ ਲਈ ਕਹਿ ਸਕਦੇ ਹਾਂ ਵੀ ਜਿਹੜਾ ਇਹ ਇੰਨਾ ਖਰਚਾ ਕਰਕੇ ਆਉਂਦੇ ਆ, ਅਤੇ ਕਮ ਸੇ ਕਮ ਇਹਨਾਂ ਦੇ ਜਿਹੜਾ ਵੀਰ ਪਹਿਲੇ ਨੰਬਰ 'ਤੇ ਆਊਗਾ ਉਹਨੂੰ ਸਮਝ ਲਓ ਵੀ 10 ਮੰਡੀਆਂ ਦਾ ਕਿਰਾਇਆ ਮੁੜ ਗਿਆ। ਠੀਕ ਹੈ। 11 ਤੋਂ 12 ਹਜ਼ਾਰ ਦੀ ਫਰਿੱਜ ਦੇਵਾਂਗੇ, 10 ਮੰਡੀਆਂ ਦਾ ਉਹਦਾ ਕਿਰਾਇਆ ਮੁੜ ਗਿਆ, ਉਹਨੂੰ ਸਹਾਇਤਾ ਹੋ ਜਾਵੇਗੀ, ਉਹਦਾ ਪਰਿਵਾਰ ਵੀ ਖੁਸ਼ ਹੋਊਗਾ, ਉਹਦਾ ਪਰਿਵਾਰ ਖੁਸ਼ ਹੋਊਗਾ ਵੀ ਸਾਡੇ ਲਈ ਇਹ ਕੁਛ ਲੈ ਕੇ ਆ, ਵੀ ਜੇ ਮੰਡੀ 'ਤੇ ਜਾਵੇ ਅਤੇ ਉਹਦਾ ਜਿਹੜੇ ਪਰਿਵਾਰ ਆ ਉਹਦੇ ਬੱਚੇ ਉਹਨਾਂ ਦਾ ਆਪਦੀ ਜੀਵਨ ਸਾਥਣ ਉਹਨੂੰ ਮਜਬੂਰ ਕਰੂਗੀ ਵੀ ਤੂੰ ਮੁੱਲਾਪੁਰ ਮੰਡੀ ਨਹੀਂ ਛੱਡਣੀ। ਠੀਕ ਹੈ ਜੀ। ਇਹ ਇੱਕ ਅਸੀਂ ਆਪਣੇ ਦਿਮਾਗ ਨਾਲ ਖੇਡ ਚਲਾਈ ਆ ਵੀ ਅਸੀਂ ਉਹਨਾਂ ਘਰ ਬੈਠੀਆਂ ਬੀਬੀਆਂ ਲਈ ਅਸੀਂ ਕੁਛ ਕਰ ਸਕੀਏ। ਜਿਹੜੀ ਵਾਸ਼ਿੰਗ ਮਸ਼ੀਨ ਆ ਉਹ ਵੀ ਬੀਬੀਆਂ ਦੇ ਕੰਮ ਆਉਣੀ ਆ, ਜਿਹੜਾ ਕੂਲਰ ਆ ਉਹ ਵੀ ਬੀਬੀਆਂ ਦੇ ਕੰਮ ਆਉਣਾ। ਠੀਕ ਹੈ ਨੀ। ਇਸ ਲਈ ਇਹ ਨਹੀਂ ਹੈਗਾ ਕਿ ਵਪਾਰੀ ਵੀਰਾਂ ਦੀ ਅਸੀਂ ਸੋਚ ਨਹੀਂ ਰੱਖਦੇ, ਵਪਾਰੀ ਵੀਰਾਂ ਦੀ ਇੱਜ਼ਤ ਦੁੱਗਣੀ ਹੋਵੇਗੀ, ਦੁੱਗਣੀ ਇੱਜ਼ਤ ਹੋਵੇਗੀ। ਇਸ ਲਈ ਜਿਹੜੀ ਅਸੀਂ ਔਫਰ ਰੱਖੀ ਆ, ਇਹ ਜਿਹੜਾ ਵੀ ਵੀਰ 25,000 ਦੀ ਬੱਕਰੀ ਖਰੀਦੂਗਾ ਜਾਂ ਵੇਚੂਗਾ, 25,000 ਤੋਂ ਉੱਪਰ ਉੱਪਰ 26, 28, 35, 50 ਤੱਕ ਜਿੰਨੀ ਮਰਜ਼ੀ ਵੇਚ ਲਵੇ, ਇੱਕ ਬੱਕਰੀ ਵੇਚਣ ਵਾਲੇ ਨੂੰ, ਇੱਕ ਖਰੀਦਣ ਵਾਲੇ ਨੂੰ ਦੋ ਕੂਪਨ ਦਿੱਤੇ ਜਾਣਗੇ, ਇੱਕ ਉਹਨਾਂ ਨੂੰ ਇੱਕ ਉਹਨਾਂ ਨੂੰ। ਉਹ ਜਿਹੜੇ ਲੱਕੀ ਕੂਪਨ ਨੇ ਉਹ ਦੀਵਾਲੀ ਤੋਂ ਬਾਅਦ ਜਿਹੜੀ ਮੰਡੀ ਆਊਗੀ ਉਸ ਮੰਡੀ 'ਤੇ ਡਰਾ ਕੱਢੇ ਜਾਣਗੇ। ਪਹਿਲਾ, ਦੂਜਾ, ਤੀਜਾ ਇਨਾਮ ਇਹਨਾਂ ਬੱਕਰੀਆਂ ਵਾਲੇ ਵੀਰਾਂ ਨੂੰ, ਪਾਲੀ ਵੀਰਾਂ ਨੂੰ ਅਤੇ ਵਪਾਰੀ ਵੀਰਾਂ ਵਿੱਚੋਂ ਉਹ ਜਿਹਦਾ ਮਰਜ਼ੀ ਨਿਕਲ ਆਵੇ, ਇਹਨਾਂ ਦੇ ਸਾਹਮਣੇ ਕੱਢਿਆ ਜਾਊਗਾ। ਅਸੀਂ ਪਰਚੀ ਨਹੀਂ ਕੱਢਣੀ, ਅਸੀਂ ਤਾਂ ਪਰਚੀਆਂ ਤਹਿ ਲਾ ਕੇ ਰੱਖ ਦੇਣੀਆਂ, ਵਪਾਰੀ ਅਤੇ ਪਾਲੀ ਵੀਰ ਹੀ ਚੱਕਣਗੇ, ਅਤੇ ਇਹਨਾਂ ਨੇ ਆਪਣੀਆਂ ਪਰਚੀਆਂ ਆਪ ਹੀ ਇਨਾਮ ਕੱਢਣੇ, ਅਸੀਂ ਇਨਾਮ ਰੱਖ ਦੇਣੇ ਆ, ਅਤੇ ਇਨਾਮ ਇਹਨਾਂ ਨੂੰ ਮੌਕੇ 'ਤੇ ਤਕਸੀਮ ਕੀਤੇ ਜਾਣਗੇ, ਦਿੱਤੇ ਜਾਣਗੇ। ਦੂਜਾ ਜਿਹੜਾ ਹੈਗਾ ਵਾ ਵਪਾਰੀ ਵੀਰਾਂ ਦਾ, ਉਹ ਅਸੀਂ ਅੱਜ ਹੀ ਪਲੈਨਿੰਗ ਬਣਾਇਆ ਵੀ ਜਿਹੜਾ ਵਪਾਰੀ ਦੀਵਾਲੀ ਤੱਕ ਸਭ ਤੋਂ ਵੱਧ ਮਾਲ ਖਰੀਦੂਗਾ ਉਸ ਵਪਾਰੀ ਵੀਰ ਨੂੰ ਵੀ ਵੱਡੀ ਵਧੀਆ ਤਰੀਕੇ ਨਾਲ ਸਨਮਾਨ ਕਰਾਂਗੇ। 3 ਵਪਾਰੀ ਵੀਰ ਛਾਂਟਾਂਗੇ ਉਹਦੇ 'ਚੋਂ, ਉਹਨਾਂ ਨੂੰ ਵਧੀਆ ਤਰੀਕੇ ਨਾਲ ਮਾਣ ਸਨਮਾਨ ਭਾਵੇਂ ਕਿਸੇ ਚੀਜ਼ ਨਾਲ ਕਰ ਦਈਏ, ਅਸੀਂ ਵਾਅਦਾ ਨਹੀਂ ਕਰਦੇ ਹੈਗੇ, ਮੌਕੇ 'ਤੇ ਆਪਣੀ ਯੋਗਤਾ ਮੁਤਾਬਕ ਅਸੀਂ ਉਹਨਾਂ ਨੂੰ ਮਾਣ ਸਨਮਾਨ ਜ਼ਰੂਰ ਦੇਵਾਂਗੇ ਜਿਹੜੇ ਵਪਾਰੀ ਸਾਰਿਆਂ ਤੋਂ ਵੱਧ ਮਾਲ ਖਰੀਦਣਗੇ, ਅਤੇ 3 ਵਪਾਰੀ ਵੀਰ ਉਹਨਾਂ ਵਿੱਚੋਂ ਛਾਂਟੇ ਜਾਣਗੇ, ਭਾਵੇਂ ਉਹ ਪੰਜਾਬ ਦੇ ਹੋਣ, ਭਾਵੇਂ ਉਹ ਪੰਜਾਬ ਤੋਂ ਬਾਹਰਲੇ ਹੋਣ, ਅਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਵੀ ਮਾਣ ਸਨਮਾਨ ਦਿੱਤਾ ਜਾਊਗਾ। ਇੱਕ ਬਾਬਾ ਜੀ, ਆਪਣੇ ਜਿਹੜੀ ਬੱਕਰੀ ਮੰਡੀ ਜਿਹੜੀ ਲੱਗਦੀ ਉਹਦਾ ਦਿਨ ਅਤੇ ਐਡਰੈਸ ਪੂਰਾ ਦੱਸ ਦਿਓ ਜੀ। ਹਾਂਜੀ, ਹਰ ਸ਼ਨੀਵਾਰ, ਹਰ ਹਫ਼ਤੇ, ਪੰਜਾਬੀ ਵਿੱਚ ਕਹਿ ਦਈਏ ਵੀ ਹਰੇਕ ਵਾਰ ਨੂੰ। ਕਈ ਵੀਰ ਪਾਉਂਦੇ ਸ਼ਨੀਵਾਰ ਕਿੱਦਣ ਹੁੰਦਾ ਜੀ, ਕਈ ਮੇਰੇ ਵਰਗੇ ਅਨਪੜ੍ਹ ਹੁੰਦੇ ਆ। ਹਰੇਕ ਵਾਰ ਨੂੰ ਮੰਡੀ ਲੱਗਦੀ ਆ, ਜਿਹੜਾ ਇਹਦਾ ਐਡਰੈਸ ਆ, ਜਦੋਂ ਆਪਾਂ ਮੁੱਲਾਪੁਰ ਦਾਖਾ ਕਹਿ ਕੇ ਸਰਚ ਮਾਰਾਂਗੇ ਤਾਂ ਤੁਸੀਂ ਇੱਥੇ ਆ ਜਾਣਾ, ਮੈਂ ਇਸ ਟਿਕਾਣੇ 'ਤੇ ਪਹੁੰਚ ਜਾਓਗੇ। ਲੁਧਿਆਣੇ ਅਤੇ ਜਗਰਾਓਂ ਦੇ 'ਤੇ ਬਿਲਕੁਲ ਸੈਂਟਰ 'ਚ ਪੈਂਦਾ ਜੀ। ਠੀਕ ਹੈ। ਰੈਕੋਟ ਲੁਧਿਆਣਾ ਜਗਰਾਓਂ ਬਿਲਕੁਲ ਸੈਂਟਰ ਵਿੱਚ ਮੁੱਲਾਪੁਰ ਆ ਇਹ। ਰੈਕੋਟ ਥੋੜ੍ਹਾ ਜਿਹਾ 2 ਕਿਲੋਮੀਟਰ ਦਾ ਫਰਕ ਆ ਮੁੱਲਾਪੁਰ ਅਤੇ ਜਗਰਾਓਂ ਨੂੰ, ਅਤੇ ਬਾਕੀ ਜਿਹੜਾ ਹੈਗਾ ਇੱਥੇ ਦਾ ਐਡਰੈਸ, ਇਹ ਮੇਨ ਐਡਰੈਸ ਆ ਸਾਡਾ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਣਾ ਸਾਹਿਬ, ਉਹਦੇ ਬਿਲਕੁਲ ਨੇੜੇ ਮੰਡੀ ਲੱਗਦੀ ਆ। ਜਦੋਂ ਆਪਾਂ ਫਿਰੋਜ਼ਪੁਰ ਰੋਡ ਤੋਂ ਮੁੱਲਾਪੁਰ ਸ਼ਹਿਰ ਆ ਗਏ, ਉੱਥੇ ਇੱਕ ਸੰਤ ਚੰਨਣ ਸਿੰਘ ਯਾਦਗਾਰੀ ਗੇਟ ਬਣਾਇਆ ਚਿੱਟੇ ਰੰਗ ਦਾ, ਉਸ ਗੇਟ ਤੋਂ ਤੁਸੀਂ ਐਂਟਰੀ ਕਰਨੀ ਆ, 400 ਗਜ਼ ਦੇ ਉੱਤੇ ਇਹ ਮੰਡੀ ਲੱਗੀ ਹੋਈ ਆ। ਹਰੇਕ ਵੀਰ ਪਹੁੰਚਦਾ ਵਾ, ਰੋਟੀ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ, ਚਾਹ ਹਰ ਵਕਤ ਜਿੰਨਾ ਚਿਰ ਮੰਡੀ ਖਤਮ ਨਹੀਂ ਉਨਾ ਚਿਰ ਚੱਲੀ ਜਾਂਦੀ ਆ, ਅਤੇ ਪ੍ਰਸ਼ਾਦਾ ਪਾਣੀ ਪੂਰਾ ਵਧੀਆ, ਦਾਲ ਪਾਣੀ ਦਾ ਪ੍ਰਬੰਧ ਹੁੰਦਾ ਵਾ। ਵਪਾਰੀ ਵੀਰ ਜ਼ਰੂਰ ਪਹੁੰਚਣ, ਅਤੇ ਪਾਲੀ ਵੀਰ ਵੀ ਵੱਧ ਤੋਂ ਵੱਧ ਮਾਲ ਲੈ ਕੇ ਆਓ। ਬਹੁਤ ਬਹੁਤ ਧੰਨਵਾਦ। ਧੰਨਵਾਦ ਬਾਬਾ ਜੀ। ਸੋ ਵੀਰੋ, ਬੇਨਤੀ ਆ ਕਿ ਬਾਬਾ ਜੀ ਦੀਆਂ ਗੱਲਾਂ 'ਤੇ ਗੌਰ ਕਰੋ, ਵਪਾਰੀ ਵੀਰ, ਪਾਲੀ ਵੀਰ ਅਤੇ ਹੋਰ ਖਰੀਦਦਾਰ ਵੀਰਾਂ ਨੂੰ ਬੇਨਤੀ ਆ ਕਿ ਇਸ ਮੰਡੀ 'ਤੇ ਆ ਕੇ ਜਿੱਥੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਉੱਥੇ ਹੀ ਇਹਨਾਂ ਵੱਲੋਂ ਦਿੱਤੀਆਂ ਸਕੀਮਾਂ ਦਾ ਫਾਇਦਾ ਵੀ ਲੈ ਸਕਦੇ ਹੋ। ਧੰਨਵਾਦ ਜੀ।